ਇਹ ਤਸਵੀਰਾਂ ਲਾਹੌਰ ਸਪੀਤੀ ਦੀਆਂ ਨੇ ਜਿੱਥੇ ਬਰਫ਼ ਨੇ ਲੋਕਾਂ ਦੇ ਘਰਾਂ ਨੂੰ ਪੂਰੇ ਇਲਾਕੇ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਔਰ ਮੌਸਮ ਨੇ ਕਰਵਟ ਲਈ -2 ਤੋਂ -3 ਸੈਲਸੀਅਸ ਇੱਥੇ ਦਾ ਤਾਪਮਾਨ ਰਿਹਾ। ਬਰਫ਼ ਦੇ ਨਾਲ ਪੂਰਾ ਇਲਾਕਾ ਢੱਕਿਆ ਗਿਆ। ਲੋਕ ਜਨਵਰੀ ਦੇ ਮਹੀਨੇ ਵਾਲੀ ਅਪ੍ਰੈਲ ਦੇ ਲਾਸਟ ਵਿੱਚ ਆ ਕੇ ਫੀਲਿੰਗ ਲੈ ਰਹੇ ਨੇ। ਹਾਲੇ ਵੀ ਆਸਮਾਨ ਦੇ ਵਿੱਚੋਂ ਬਰਫ਼ਬਾਰੀ ਹੋ ਰਹੀ ਹੈ। ਮੌਸਮ ਵਿਭਾਗ ਦੇ ਵੱਲੋਂ ਅਗਲੇ 2 ਦਿਨ ਤੱਕ ਮੌਸਮ ਖਰਾਬ ਰਹਿਣ ਦੀ ਸ਼ੰਕਾ ਜਤਾਈ ਹੈ। ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜ਼ਰੂਰੀ ਕੰਮਾਂ ਦੇ ਲਈ ਹੀ ਘਰਾਂ ਦੇ ਵਿੱਚੋਂ ਬਾਹਰ ਆਇਆ ਜਾਵੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਲਾਹੌਰ ਸਪੀਤੀ ਦੀਆਂ ਨੇ, ਕਿਸ ਤਰੀਕੇ ਦੇ ਨਾਲ ਬਰਫ਼ਬਾਰੀ ਪੈ ਰਹੀ ਹੈ। ਪੂਰੀ ਬਰਫ਼ ਨੇ ਪੂਰੇ ਇਲਾਕੇ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਹੋਇਆ। ਮੌਸਮ ਨੇ ਕਰਵਟ ਲਈ ਤਾਂ ਅਚਾਨਕ ਬਰਫ਼ਬਾਰੀ ਆ ਜਿਹੜੀ ਉਹ ਸ਼ੁਰੂ ਹੋਈ ਔਰ ਪ੍ਰਸ਼ਾਸਨ ਵੀ ਮੁਸਤੈਦ ਹੋਇਆ, ਜਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਘਰਾਂ ਦੇ ਵਿੱਚ ਰਹਿਣ, ਜ਼ਰੂਰੀ ਕੰਮਾਂ ਦੇ ਲਈ ਹੀ ਘਰਾਂ ਦੇ ਵਿੱਚੋਂ ਬਾਹਰ ਆਉਣ। ਲੋਕ ਅਪ੍ਰੈਲ ਦੇ ਲਾਸਟ ਦੇ ਵਿੱਚ ਜਨਵਰੀ ਵਾਲੀ ਫੀਲਿੰਗ ਲੈ ਰਹੇ ਨੇ। ਤਾਂ ਇੱਥੋਂ ਦਾ ਤਾਪਮਾਨ -2 ਤੋਂ -3 ਸੈਲਸੀਅਸ ਰਿਹਾ। ਬਰਫ਼ ਦੇ ਨਾਲ ਪੂਰਾ ਇਲਾਕਾ ਢੱਕਿਆ ਹੋਇਆ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ। ਇਹ ਤਸਵੀਰਾਂ ਲਾਹੌਰ ਸਪੀਤੀ ਦੀਆਂ ਨੇ ਜਿੱਥੇ ਬਰਫ਼ ਨੇ ਲੋਕਾਂ ਦੇ ਘਰਾਂ ਨੂੰ ਪੂਰੇ ਇਲਾਕੇ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਔਰ ਮੌਸਮ ਨੇ ਕਰਵਟ ਲਈ -2 ਤੋਂ -3 ਸੈਲਸੀਅਸ ਇੱਥੇ ਦਾ ਤਾਪਮਾਨ ਰਿਹਾ। ਬਰਫ਼ ਦੇ ਨਾਲ ਪੂਰਾ ਇਲਾਕਾ ਢੱਕਿਆ ਗਿਆ। ਲੋਕ ਜਨਵਰੀ ਦੇ ਮਹੀਨੇ ਵਾਲੀ ਅਪ੍ਰੈਲ ਦੇ ਲਾਸਟ ਵਿੱਚ ਆ ਕੇ ਫੀਲਿੰਗ ਲੈ ਰਹੇ ਨੇ। ਹਾਲੇ ਵੀ ਆਸਮਾਨ ਦੇ ਵਿੱਚੋਂ ਬਰਫ਼ਬਾਰੀ ਹੋ ਰਹੀ ਹੈ। ਮੌਸਮ ਵਿਭਾਗ ਦੇ ਵੱਲੋਂ ਅਗਲੇ 2 ਦਿਨ ਤੱਕ ਮੌਸਮ ਖਰਾਬ ਰਹਿਣ ਦੀ ਸ਼ੰਕਾ ਜਤਾਈ ਹੈ। ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜ਼ਰੂਰੀ ਕੰਮਾਂ ਦੇ ਲਈ ਹੀ ਘਰਾਂ ਦੇ ਵਿੱਚੋਂ ਬਾਹਰ ਆਇਆ ਜਾਵੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਲਾਹੌਰ ਸਪੀਤੀ ਦੀਆਂ ਨੇ, ਕਿਸ ਤਰੀਕੇ ਦੇ ਨਾਲ ਬਰਫ਼ਬਾਰੀ ਪੈ ਰਹੀ ਹੈ। ਪੂਰੀ ਬਰਫ਼ ਨੇ ਪੂਰੇ ਇਲਾਕੇ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਹੋਇਆ। ਮੌਸਮ ਨੇ ਕਰਵਟ ਲਈ ਤਾਂ ਅਚਾਨਕ ਬਰਫ਼ਬਾਰੀ ਆ ਜਿਹੜੀ ਉਹ ਸ਼ੁਰੂ ਹੋਈ ਔਰ ਪ੍ਰਸ਼ਾਸਨ ਵੀ ਮੁਸਤੈਦ ਹੋਇਆ, ਜਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਘਰਾਂ ਦੇ ਵਿੱਚ ਰਹਿਣ, ਜ਼ਰੂਰੀ ਕੰਮਾਂ ਦੇ ਲਈ ਹੀ ਘਰਾਂ ਦੇ ਵਿੱਚੋਂ ਬਾਹਰ ਆਉਣ। ਲੋਕ ਅਪ੍ਰੈਲ ਦੇ ਲਾਸਟ ਦੇ ਵਿੱਚ ਜਨਵਰੀ ਵਾਲੀ ਫੀਲਿੰਗ ਲੈ ਰਹੇ ਨੇ। ਤਾਂ ਇੱਥੋਂ ਦਾ ਤਾਪਮਾਨ -2 ਤੋਂ -3 ਸੈਲਸੀਅਸ ਰਿਹਾ। ਬਰਫ਼ ਦੇ ਨਾਲ ਪੂਰਾ ਇਲਾਕਾ ਢੱਕਿਆ ਹੋਇਆ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ।